ਸਕੂਲ ਵੈਨ ਦੇ ਵਿੱਚੋਂ ਡਿੱਗਣ ਦੇ ਕਾਰਨ ਇੱਕ 3 ਸਾਲ ਦੇ ਮਾਸੂਮ ਬੱਚੇ ਦੀ ਦਰਦਨਾਕ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਜਦੋਂ ਬੱਚਾ ਵੈਨ ਦੇ ਵਿੱਚ ਬੈਠ ਕੇ ਛੁੱਟੀ ਵੇਲੇ ਘਰ ਵਾਪਸ ਆ ਰਿਹਾ ਸੀ ਤਾਂ ਘਰ ਤੋਂ ਕੁਝ ਹੀ ਦੂਰੀ ਤੇ ਹਲੇ ਪਹੁੰਚਣਾ ਸੀ ਤਾਂ ਉੱਥੇ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਵਾਪਰ ਜਾਂਦਾ ਹੈ। ਕਿਸੇ ਦੇ ਵੱਲੋਂ ਅਚਾਨਕ ਹੀ ਖਿੜਕੀ ਖੋਲ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ 3 ਸਾਲ ਦਾ ਮਾਸੂਮ ਬੱਚਾ ਗੱਡੀ ਦੇ ਵਿੱਚੋਂ ਬਾਹਰ ਡਿੱਗ ਜਾਂਦਾ ਹੈ ਅਤੇ ਜੋ ਉਸਦਾ ਪਿਛਲਾ ਟਾਇਰ ਹੁੰਦਾ ਹੈ ਉਹ ਉਸਦੇ ਉੱਪਰੋਂ ਨਿਕਲ ਜਾਂਦਾ ਹੈ। ਹਾਲਾਂਕਿ ਜਿਵੇਂ ਹੀ ਉਸਦੀ ਵੈਨ ਉਸਦੇ ਉੱਪਰੋਂ ਨਿਕਲਦੀ ਹੈ ਤਾਂ ਡਰਾਈਵਰ ਨੂੰ ਕੁਝ ਵੀ ਪਤਾ ਨਹੀਂ ਚੱਲਦਾ, ਪਰ ਮੌਕੇ ਦੇ ਉੱਤੇ ਮੌਜੂਦ ਲੋਕਾਂ ਦੇ ਵੱਲੋਂ ਜਦੋਂ ਬੱਚੇ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਤਾਂ ਉੱਥੇ ਡਾਕਟਰਾਂ ਦੇ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ। ਤਾਂ ਜਲਾਲਾਬਾਦ ਤੋਂ ਇਹ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ 3 ਸਾਲ ਦੇ ਮਾਸੂਮ ਬੱਚੇ ਦੀ ਮੌਤ ਸਕੂਲ ਵੈਨ ਦੇ ਹੇਠਾਂ ਆਉਣ ਕਾਰਨ ਹੋਈ ਹੈ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਡਰਾਈਵਰ ਦੇ ਉੱਤੇ ਅਣਗਹਿਲੀ ਦੇ ਇਲਜ਼ਾਮ ਲਗਾਏ ਜਾ ਰਹੇ ਨੇ। ਉੱਥੇ ਜੋ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਵੈਨ ਦੇ ਵਿੱਚ 40 ਤੋਂ 50 ਬੱਚੇ ਸਵਾਰ ਹੁੰਦੇ ਨੇ ਅਤੇ ਨਾ ਹੀ ਇਸ ਦੇ ਵਿੱਚ ਕੋਈ ਕੰਡਕਟਰ ਰੱਖਿਆ ਹੋਇਆ। ਡਰਾਈਵਰ ਇਕੱਲਾ ਹੀ ਇਹਨਾਂ ਬੱਚਿਆਂ ਨੂੰ ਹੈਂਡਲ ਕਰਦਾ ਹੈ ਅਤੇ ਜਿਵੇਂ ਹੀ ਉਹ ਗੱਡੀ ਚਲਾ ਰਿਹਾ ਸੀ ਤਾਂ ਕਿਸੇ ਬੱਚੇ ਨੇ ਪਿੱਛੋਂ ਖਿੜਕੀ ਖੋਲ ਦਿੱਤੀ ਅਤੇ ਇਹ ਬੱਚਾ ਜੋ 3 ਸਾਲ ਦਾ ਸੀ ਇਹ ਬਿਲਕੁਲ ਖਿੜਕੀ ਦੇ ਨੇੜੇ ਬੈਠਾ ਸੀ ਅਤੇ ਜਿਵੇਂ ਹੀ ਵੈਨ ਨੇ ਮੋੜ ਕੱਟਿਆ ਤਾਂ ਅਚਾਨਕ ਹੀ ਇਹ ਬੱਚਾ ਬਾਹਰ ਡਿੱਗ ਜਾਂਦਾ ਹੈ। ਜਿਸ ਤੋਂ ਬਾਅਦ ਜੋ ਵੈਨ ਦਾ ਪਿਛਲਾ ਟਾਇਰ ਹੁੰਦਾ ਉਹ ਇਸਦੇ ਸਿਰ ਦੇ ਉੱਪਰੋਂ ਨਿਕਲ ਜਾਂਦਾ ਹੈ ਜਿਸ ਦੇ ਕਾਰਨ ਇਸ ਦੀ ਮੌਤ ਹੋ ਜਾਂਦੀ ਹੈ। ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਅਤੇ ਪੁਲਿਸ ਨੂੰ ਹੁਣ ਇਸ ਮਾਮਲੇ ਨੂੰ ਲੈ ਕੇ ਸੂਚਿਤ ਕਰ ਦਿੱਤਾ ਗਿਆ। ਮੌਕੇ ਦੇ ਉੱਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਜਲਾਲਾਬਾਦ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ। ਮੇਰਾ ਨਾਂ ਜੀ ਸਤਵਿੰਦਰ ਸਿੰਘ ਹੈ ਜੀ, ਪਿੰਡ ਮੇਰਾ ਢਾਣੀ ਮਾੜਿਆਂ ਵਾਲੀ। ਸਕੂਲ ਦੇ ਵਿੱਚ ਬੱਚਾ ਪੜ੍ਹਦਾ ਸੀ ਜੀ, ਇਸ ਨੂੰ ਵਾਪਸੀ ਘਰ ਛੱਡਣ ਜਾ ਰਹੇ ਸੀ। ਡਰਾਈਵਰ ਦੀ ਕੁਛ ਅਣਗਹਿਲੀ ਕਰਕੇ ਉਸਨੇ ਬਾਰੀ ਬੰਦ ਨਹੀਂ ਕੀਤੀ ਔਰ ਜਦੋਂ ਮੋੜ ਆਇਆ ਬਾਰੀ ਖੁੱਲ੍ਹੀ ਹੈ ਤਾਂ ਬੱਚਾ ਉਸ ਵੇਲੇ ਥੱਲੇ ਡਿੱਗਿਆ ਔਰ ਪਿਛਲਾ ਜਿਹੜਾ ਗੱਡੀ ਦਾ ਟਾਇਰ ਉਹਦੇ ਉੱਤੋਂ ਦੀ ਲੰਘ ਗਿਆ ਅਤੇ ਬੱਚਾ ਖਤਮ ਹੋ ਗਿਆ। ਬਾਕੀ ਜਿਹੜਾ ਡਰਾਈਵਰ ਸੀ, ਡਰਾਈਵਰ ਉਹ ਬਾਕੀ ਬੱਚਿਆਂ ਨੂੰ ਲੈ ਕੇ ਚਲਿਆ ਗਿਆ। ਫਿਰ ਮੇਰਾ ਲੜਕਾ ਘਰੋਂ ਵੇਂਹਦਾ ਪਿਆ ਸੀ, ਉਸਨੇ ਮੋਟਰਸਾਈਕਲ ਲਿਆਂਦਾ ਅਤੇ ਬਾਹਮਣੀ ਵਾਲੇ ਲੈ ਕੇ ਗਏ ਜੀ। ਉਸ ਤੋਂ ਅੱਗੇ ਅਸੀਂ ਇੱਥੇ ਸ਼ਿਵਾਲਕ, ਡਰਾਈਵਰ ਫਰਾਰ ਹੈ ਜੀ, ਡਰਾਈਵਰ ਨੇ ਸਾਡੇ ਮੱਥੇ ਉਦੋਂ ਬਾਅਦ ਲੱਗਿਆ। ਨਾਮ ਉਹਦਾ ਜਗਜੀਤ ਸਿੰਘ ਹੈ ਜੀ, ਪੁੱਤਰ ਦਰਸ਼ਨ ਸਿੰਘ ਦਾ ਜੀ। ਉਹ ਕਿੱਥੋਂ ਦਾ? ਉਹ ਉੱਥੋਂ ਢਾਣੀ ਮਾੜਿਆਂ ਵਾਲੀ ਦੇ ਵਿੱਚ ਹੀ ਪੈਂਦਾ ਜੀ, ਜੱਟ ਸਿੱਖ ਵਾਸੀ ਹੈ। ਅੱਛਾ, ਹਾਂਜੀ। ਅਤੇ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਜੋ ਬਣਦੀ ਹੈ ਕਾਰਵਾਈ ਕੀਤੀ ਜਾਵੇ, ਇਨਸਾਫ ਦਵਾਇਆ ਜਾਵੇ। ਡਰਾਈਵਰ ਦੇ ਨਾਲ ਕੋਈ ਹੋਰ ਕਨੈਕਟਰ ਵਗੈਰਾ ਨਹੀਂ ਸੀਗਾ ਜੀ? ਨਹੀਂ ਜੀ, ਕੋਈ ਕਨੈਕਟਰ ਨਹੀਂ ਸੀ, ਕੱਲਾ ਡਰਾਈਵਰ ਹੀ ਸੀ। ਕਿੰਨੇ ਬੱਚੇ ਹੁੰਦੇ ਟੋਟਲ? ਵੈਨ ਹੁੰਦੇ ਆ ਜੀ 40-50 ਬੱਚਾ ਤਾਂ ਹੁੰਦਾ ਹੀ। ਅੱਛਾ। ਸਤਪਾਲ ਜੀ, ਤੁਸੀਂ ਇੱਥੇ ਆਏ, ਕੀ ਮਾਮਲਾ ਹੋਇਆ, ਕਿਸ ਮਾਮਲੇ ਦੇ ਵਿੱਚ ਇੱਥੇ ਆਏ? ਅੱਜ ਸਾਨੂੰ ਥਾਣੇ ਇੰਟੀਮੇਸ਼ਨ ਮਿਲੀ ਵੀ ਪਰਮਜੋਤ, ਉਮਰ ਕਰੀਬ 3 ਸਾਲ, ਪੁੱਤਰ ਨਛੱਤਰ ਸਿੰਘ, ਵਾਸੀ ਢਾਣੀ ਮਾੜਿਆ, ਦਾਖਲ ਬਾਹਣੀ ਵਾਲਾ ਜਿਹੜਾ ਹੈਗਾ ਰੋਡ ਐਕਸੀਡੈਂਟ ਵਿੱਚ, ਉਹਦੇ ਐਕਸੀਡੈਂਟ ਕਾਰਨ ਉਹਦੀ ਜਿਹੜੀ ਸਕੂਲ ਵੈਨ ਤੋਂ ਡਿੱਗਣ ਕਰਕੇ ਮੌਤ ਹੋ ਗਈ ਹੈ। ਅਤੇ ਇਸਦੇ ਕਾਰ ਵੇਲੇ ਇੱਥੇ ਮੌਕੇ 'ਤੇ ਪਹੁੰਚਿਆ, ਡੈੱਡ ਬੋਡੀ ਜਿਹੜੀ ਹੈ ਕਬਜ਼ੇ 'ਚ ਲੈ ਲਈ ਹੈ। ਅਗਲੀ ਕਾਰਵਾਈ ਜਿਹੜੀ ਹੈਗੀ ਹੈ ਨਿਵਾਰਸਾਂ ਦੇ ਬਿਆਨ ਲਿਖ ਕੇ ਜੋ ਉਹਨਾਂ ਦੀ ਕਾਰਵਾਈ ਬਣਦੀ ਉਹ ਕੀਤੀ ਜਾਏਗੀ। ਹੁਣ ਡੈੱਡ ਬੋਡੀ ਕਿੱਥੇ ਲੈ ਕੇ ਜਾ ਰਹੇ? ਡੈੱਡ ਬੋਡੀ ਹੁਣ ਸਿਵਲ ਹਸਪਤਾਲ ਜਲਾਲਾ ਫਾਇਲ ਕਰ ਰੱਖਾਂਗੇ। ਮੁੱਢਲੀ ਜਾਂਚ ਤੋਂ ਕੋਈ ਪਤਾ ਲੱਗਿਆ ਕਿ ਕਿਸ 'ਤੇ ਕਿੱਥੇ ਸੱਟ ਲੱਗੀ ਹੈ? ਦੇਖੋ, ਹੁਣ ਡੈੱਡ ਬੋਡੀ ਲਈ ਹੈ, ਹੈਡ ਇੰਜਰੀ ਲੱਗਦੀ ਹੈ ਫਿਲਹਾਲ ਤਾਂ, ਬਾਕੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਹੀ ਆਊਗੀ ਜੇ ਕਲੀਅਰ। ਥੈਂਕ ਯੂ।